ਮਾਰੋ ਸਵੇਰ ਦੇ ਅੱਗੇ ਬੈਠੇ ਤੁਸੀਂ ਵੀ ਤਾੜੀਆਂ ਮਾਰੋ ਨਾ ਮਾਰੋ ਤਾੜੀ ਸੋ ਧੰਨਵਾਦ ਜੀ ਬੋਲੇ ਬੰਜਲੀ ਯਾਰਾਂ ਦੀ ਮੇਰਾ ਪੁੱਤ ਜਗਦੇਵ ਕਹਿਣਾ ਜੀ ਸਾਡੇ ਸਰਪੰਚ ਸਾਹਿਬ ਮਾਨ ਸਾਹਿਬ ਜੀ ਜੈ ਸਿੰਘ ਵਾਲੇ ਤੋਂ ਸੋਜੀ ਟੀਮ ਦਾ ਇਸ ਨਗਰ ਦਾ ਮੈਂ ਧੰਨਵਾਦ ਕਰਦੀ ਹੈ ਇਹਦੇ ਜਿਹਨਾਂ ਦੀ ਅੱਖ ਵਿੱਚ ਫਤਿਹ ਉਹਨਾਂ ਦੀ ਲੱਕ ਵਿੱਚ ਫਤਿਹ ਜਿਹਨਾਂ ਦੀ ਜਵਾਬ ਵਿੱਚ ਫਤਿਹ ਉਹਨਾਂ ਦੇ ਜਹਾਰ ਵਿੱਚ ਫਤਿਹ ਜਿਹਨਾਂ ਦੀਆਂ ਬੋਲਾਂ ਵਿੱਚ ਫਤਿਹ ਉਹਨਾਂ ਦੀਆਂ ਬੋਲਾਂ ਵਿੱਚ ਫਤਿਹ ਸਭ ਤੋਂ ਪਹਿਲਾਂ ਤਾਂ ਸ਼ਮੇਸ਼ ਪਿਤਾ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਇੱਥੇ ਆ ਕੇ ਜਦੋਂ ਮੈਂ ਬੈਠੀ ਇਸ ਕਮਰੇ 'ਚ ਮਨ ਮੇਰਾ ਉਦਾਸ ਹੋਇਆ ਤੇ ਮੇਰੇ ਧਣੀ ਰਾਮ ਚੱਤ ਦੀਆਂ ਦੋ ਗੱਲਾਂ ਯਾਦ ਆ ਗਈਆਂ ਵੀ ਪਿੱਪਲ ਦੇ ਪੱਤਿਆਂ ਕਿਉਂ ਖੜ ਖੜ ਲਾਈ ਹੈ ਝਾਂਗੇ ਪੱਤੇ ਪੁਰਾਣੇ ਤੇ ਰੁੱਤ ਨਵਿਆਂ ਦੀ ਆਈ ਹੈ ਪਰ ਅਫਸੋਸ ਜਿਨ੍ਹਾਂ ਨੇ ਹਜੇ ਜਵਾਨੀਆਂ ਮਾਣਨੀਆਂ ਸੀ ਅੱਧ ਵਾਟੇ ਆਪਣੇ ਪਰਿਵਾਰ ਨੂੰ ਹੰਝੂਆਂ ਦੇ ਦਰਿਆ ਵਿੱਚ ਡੋਬ ਕੇ ਸਾਡੇ ਬੱਚੇ ਚਲੇ ਗਏ ਆ ਜੀ ਕਹਿੰਦੇ ਕਿਸੇ ਨੇ ਅੱਜ ਤੁਰ ਜਾਣਾ ਕਿਸੇ ਨੇ ਕੱਲ੍ਹ ਤੁਰ ਜਾਣਾ ਸਭ ਨੇ ਤੁਰ ਜਾਣਾ ਰੁੱਤੋਂ ਰੁੱਤੇ ਪੱਕੇ ਪਾਲਾਂ ਦਾ ਕਦੇ ਦੁੱਖ ਨਹੀਂ ਹੁੰਦਾ ਦੁੱਖ ਉਹਨਾਂ ਦਾ ਹੁੰਦਾ ਜੋ ਤੁਰ ਗਏ ਅੱਧ ਰੁੱਤੇ ਦੁੱਖ ਉਹਨਾਂ ਦਾ ਹੁੰਦਾ ਜੋ ਤੁਰ ਗਏ ਅੱਧ ਰੁੱਤੇ ਸੋ ਅਫਸੋਸ ਵੀ ਹੈ ਪਰ ਇੱਕ ਉਹਨਾਂ ਦੇ ਨਾਂ ਤੇ ਤਾੜੀ ਲਾ ਕੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਜਾਏ ਜੀ ਪਤਾ ਲੱਗ ਜਾਏ ਪਰਮਾਤਮਾ ਸੱਚਖੰਡ ਦੇ ਵਿੱਚ ਗਏ ਸੀ ਸੱਚਖੰਡ ਵਿੱਚ ਉਹਨਾਂ ਨੂੰ ਵਾਸਾ ਦੇਵੇ ਸੋ ਹੁਕਮ ਹੋਇਆ ਕੁਝ ਕਮੇਡੀ ਤੁਹਾਡੀ ਨਜ਼ਰ ਕਰਾਂ ਮੇਰੇ ਤੋਂ ਪਹਿਲਾਂ ਬੀਬੋ ਬੂ ਵਾਲੀ ਕਮੇਡੀ 'ਚ ਹਾਜ਼ਰੀ ਲਵਾਈ ਹੈ ਪਰ ਮੈਂ ਕੁਝ ਕੰਮ ਦੀਆਂ ਗੱਲਾਂ ਕਰਕੇ ਜਾਊਂ ਸਤਿਕਾਰਯੋਗ ਬੀਬੀਆਂ ਬੈਠੀਆਂ ਕਹਿੰਦੇ ਜ਼ਾਲਮ ਲੋਕ ਕਹਿਣ ਧੀਆਂ ਬਲਾਵਾਂ ਹੁੰਦੀਆਂ ਨੇ ਇਹ ਤਾਂ ਗਜ਼ਲਾਂ ਤੇ ਕਵਿਤਾਵਾਂ ਹੁੰਦੀਆਂ ਨੇ ਜ਼ਿੰਦਗੀ ਭਰ ਦੇ ਜੋੜਨ ਰਿਸ਼ਤੇ ਦੇਖ ਨੂੰ ਚਾਰ ਕਲਾਵਾਂ ਹੁੰਦੀਆਂ ਨੇ ਕਹਿੰਦੇ ਪੁੱਤਾਂ ਵਾਂਗੂ ਕਦੇ ਨਾ ਲੜਦੀਆਂ ਤਾਂ ਉਹ ਵਿਹੜੇ ਵਿੱਚ ਠੰਡੀਆਂ ਛਾਵਾਂ ਹੁੰਦੀਆਂ ਨੇ ਜ਼ਿੰਦਗੀ ਵਿੱਚ ਕਈ ਰੋਲ ਨਿਭਾਉਂਦੀਆਂ ਕਦੇ ਬੇਟੀਆਂ ਕਦੇ ਬਹੂਆਂ ਤੇ ਕਦੇ ਮਾਵਾਂ ਹੁੰਦੀਆਂ ਨੇ ਦਾਜ ਦੀ ਵਲੀ ਚੜ ਜਾਂਦੀਆਂ ਉਦੋਂ ਰਮਾਣੀਆਂ ਜਦ ਸਹੁਰੇ ਘਰ ਵਿੱਚ ਮਾਰਦੀਆਂ ਸਲਾਵਾਂ ਹੁੰਦੀਆਂ ਨੇ ਜ਼ਾਲਮ ਲੋਕ ਕਹਿਣ ਧੀਆਂ ਤਾਂ ਬਲਾਵਾਂ ਹੁੰਦੀਆਂ ਨੇ ਸਾਡੇ ਭੰਗੂ ਜੀ ਲਫੇੜਿਆਂ ਵਾਲਾ ਤੇ ਸਾਡੇ ਮੰਚ ਸੰਚਾਲਕ ਜੀ ਸਵੇਰ ਦੀ ਭੂਮਿਕਾ ਬਣੀ ਜਾਂਦੇ ਹੈ ਸੋ ਮੈਂ ਵੀ ਭੂਮਿਕਾ ਬਣਨੀ ਹੈ ਜੀ ਇੱਕ ਲੜਕੀਆਂ ਪ੍ਰਤੀ ਜਿਹੜੀ ਗੱਲ ਤੁਸੀਂ ਨਾ ਸੁਣੀ ਹੈ ਨਾ ਸੁਣੋਗੇ ਹਰੇਕ ਨਿਤ ਟੈਲੀਵਿਜ਼ਨ ਅਖਬਾਰਾਂ 'ਚ ਆਉਂਦਾ ਧੀ ਬਚਾਓ ਪਰ ਜਿਹੜੀ ਮੈਂ ਧੀ ਦੀ ਗੱਲ ਕਰਦੀ ਉਲਟਾ ਹੈ ਜੀ ਇੱਕ ਗਰੀਬ ਬਾਪ ਨਿਤ ਦਿਹਾੜੀ ਕਰਦਾ ਤੇ ਚਾਰ ਧੀਆਂ ਦਾ ਬਾਪ ਚਾਰੇ ਭਰਾਈਆਂ ਲਿਖਾਈਆਂ ਮਜ਼ਦੂਰੀ ਦੇ ਵਿੱਚ ਜਦੋਂ ਪੀਰਾਂ ਦੀ ਨਿਗਾਹ ਸਵੱਲੀ ਹੋਈ ਵੱਡੀ ਕੁੜੀ ਜੱਜ ਬਣ ਗਈ ਜਦੋਂ ਜੱਜ ਬਣ ਗਈ ਆਏ ਪਿੰਡ 'ਚ ਪ੍ਰੋਗਰਾਮ ਰੱਖਿਆ ਗਿਆ ਤੇ ਕਲੱਬ ਦੇ ਮੈਂਬਰ ਉਸ ਲੜਕੀ ਦੇ ਬਾਪ ਨੂੰ ਲੱਭਣ ਤੁਰ ਪਏ ਕਿਸੇ ਖਾਲ ਦੇ ਵਿੱਚ ਬੈਠਾ ਕੱਖ ਖੋਦੀ ਜਾਂਦਾ ਇੱਕ ਕੋਲੇ ਬੱਲੀ ਇੱਕ ਦਾਤੀ ਹੈ ਜਾ ਕੇ ਮੋਢਾ ਫੜਿਆ ਚੱਲ ਭਾਈ ਤੇਰੀ ਕੁੜੀ ਨੇ ਸਾਡਾ ਸੁਨਹਿਰੀ ਅੱਖਰਾਂ 'ਚ ਨਾਂ ਲਿਖਤਾ ਚੱਲ ਦੋ ਸ਼ਬਦ ਬੋਲ ਉਹ ਲੜਕੀ ਦੇ ਬਾਪ ਅੱਖਾਂ ਵਿੱਚੋਂ ਪਾਣੀ ਬਹਿ ਤੁਰਿਆ ਕਹਿੰਦਾ ਮੈਨੂੰ ਬੋਲਿਆ ਨਹੀਂ ਜਾਣਾ ਮੇਰਾ ਤੇ ਮੇਰੀ ਧੀ ਦਾ ਭੇਤ ਖੋਲੋ ਜੀ ਜਦੋਂ ਇੰਨੀ ਗੱਲ ਆਖੀ ਕਲੱਬ ਦੇ ਮੈਂਬਰ ਹੈਰਾਨ ਹੋ ਗਏ ਵੀ ਇਹੋ ਜਿਹਾ ਕਿਹੜਾ ਭੇਤ ਹੈ ਜਿਹੜਾ ਸਾਰੇ ਪਿੰਡ ਤੋਂ ਲੁਕੋਈ ਬੈਠਾ ਜਾ ਕੇ ਸਟੇਜ ਤੇ ਲਿਆਂਦਾ ਪੱਲੀ ਥੱਲੇ ਡਿੱਪੀ ਹੱਥ 'ਚ ਦਾਤੀ ਫਿਰ ਲੜਕੀ ਦਾ ਬਾਪ ਕੀ ਕਹਿੰਦਾ ਭਾਈ ਸੁਣੋ ਕਹਿੰਦਾ ਲੋਕੋ ਮੈਂ ਸੱਚ ਕਹਾਣੀ ਦੱਸਦਾ ਹਾਂ ਮੈਂ ਧੀਆਂ ਕਰਕੇ ਵੱਸਦਾ ਹਾਂ ਵੀ ਲੋਕੋ ਮੈਂ ਸੱਚ ਕਹਾਣੀ ਦੱਸਦਾ ਹਾਂ ਮੈਂ ਧੀਆਂ ਕਰਕੇ ਵੱਸਦਾ ਹਾਂ ਇਹ ਤਾਂ ਚੰਦਰੀ ਰੱਬ ਵੱਲ ਮੁਕਰ ਹੱਸਦੀ ਸੀ ਤੇ ਗੂਠਾ ਜਾਂਦੀ ਚੱਪੀ ਸੀ ਆਹ ਜਿਹੜੀ ਧੀ ਮੇਰੀ ਜੱਜ ਬਣੀ ਹੈ ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ ਆਹ ਜਿਹੜੀ ਧੀ ਮੇਰੀ ਜੱਜ ਬਣੀ ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ ਫਿਰ ਮੈਂ ਸੋਚਿਆ ਇਹ ਕਮਲੀ ਕਿਤੇ ਕੁੱਤਿਆਂ ਦੇ ਮੂੰਹ ਆ ਜਾਂਦੀ ਇਹਨੂੰ ਨੋਚ ਨੋਚ ਕੇ ਖਾ ਜਾਣਾ ਸੀ ਹੋ ਜਾਣੀ ਸੀ ਜਾ ਜਾਂਦੀ ਮਾਸ ਵੀ ਇਹਦਾ ਛੱਡਣਾ ਨਹੀਂ ਸੀ ਨਾ ਛੱਡਣੀ ਇਹਦੀ ਕੋਈ ਹੱਡੀ ਸੀ ਵੇ ਲੋਕੋ ਜਿਹੜੀ ਧੀ ਮੇਰੀ ਜੱਜ ਬਣੀ ਹੈ ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ ਐ ਪੁੱਤਰਾਂ ਵਾਲਿਓ ਸੋਨੂੰ ਕਦੋਂ ਧੀ ਜੰਮੀ ਦਾ ਇਹ ਨਿੱਗ ਭਾਲਦੀ ਮਮਤਾ ਦਾ ਦੁੱਧ ਭਾਲਦੀ ਅੰਮੀ ਦਾ ਚੱਕ ਕੇ ਮੈਂ ਸੀਨੇ ਨਾਲ ਲਾ ਲਈ ਸੀ ਮੈਨੂੰ ਦਿਸੀ ਰੂਹ ਇਹਦੇ ਵਿੱਚੋਂ ਰੱਬੀ ਸੀ ਆ ਜਿਹੜੀ ਧੀ ਮੇਰੀ ਜੱਜ ਬਣੀ ਹੈ ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ ਫਿਰ ਕਵੀ ਕੀ ਲਿਖਦਾ ਸੀ ਕਹਿੰਦਾ ਚੁੱਕੇ ਨੂੰ ਮੈਂ ਪਿੰਡ ਲੈ ਆਇਆ ਘਰ ਵਾਲੀ ਨੇ ਦੁੱਧ ਛਾਤੀ ਦਾ ਪਿਲਾਇਆ ਡਾਕਟਰ ਸੱਦ ਕੇ ਮੱਲਮ
ਪੱਟੀ ਕਰਾਈ ਤੇ ਰਗੜੀ ਜਿਹੜੀ ਇਹਨੇ ਅੱਡੀ ਸੀ। ਇੱਕ ਦੁੱਖ ਮੈਨੂੰ ਇਹੋ ਲੱਗਦਾ, ਪੁੱਤ ਹੁੰਦਾ ਕੋਈ ਨਾ ਸਿਰਦਾ, ਇਹ ਧੀ ਸੀ, ਇਹੋ ਗੱਲ ਦਿਲ ਮੇਰੇ ਤੇ ਵੱਜੀ ਸੀ। ਆ ਜਿਹੜੀ ਧੀ ਮੇਰੀ ਜੱਜ ਬਣੀ ਹੈ, ਇਹ ਮੈਨੂੰ ਝਾੜੀਆਂ ਵਿੱਚ ਲੱਭੀ ਸੀ, ਇਹ ਮੈਨੂੰ ਝਾੜੀਆਂ ਵਿੱਚ। ਇੱਕ ਨਾਲ ਹੀ ਸੁਨੇਹਾ ਜੀ, ਬਿਲਕੁਲ ਇਹਦੇ ਨਾਲ ਹੀ ਅਸੀਂ ਕਹਿੰਦੇ, ਇੱਕ ਕੁੱਤੀ ਕਤੂਰਿਆਂ ਨੂੰ ਫੜ ਕਰ ਦੁੱਧ ਚੁਕਾਉਂਦੀ ਹੈ, ਧੀ ਪੁੱਤ ਚ ਫਰਕ ਕੋਈ ਨੀ, ਫਿਰ ਲੋਕਾਂ ਨੂੰ ਸਮਝਾਉਂਦੀ ਹੈ। ਜਿਹੜਾ ਕੋਈ ਛੇੜੇ ਕਤੂਰਿਆਂ ਨੂੰ, ਫਿਰ ਸਿੱਧੀ ਗੱਲ ਨੂੰ ਆਉਂਦੀ ਹੈ। ਅਫਸੋਸ, ਇੱਕ ਅੱਜ ਦੀ ਮਾਂ ਨਵਜੰਮੀ ਧੀ ਨੂੰ ਝਾੜੀਆਂ ਵਿੱਚ ਸੁਕਾਉਂਦੀ ਹੈ, ਇੱਕ ਹੱਥ ਨਾਲ ਲਾਉਣ ਦੇ ਕਤੂਰਿਆਂ ਨੂੰ ਇੱਕ ਹੱਥੀ ਕਤਲ ਕਰਾਉਂਦੀ ਹੈ। ਲੋਕੋ ਜਾਗੋ, ਕੁੱਤੇ ਹੋ ਗਏ ਆਪਣੇ ਨਾਲ ਚੰਗੇ, ਆਪਾਂ ਨੂੰ ਸਮਝ ਫੇਰ ਵੀ ਆਉਂਦੀ ਹੈ, ਆਪਾਂ ਨੂੰ ਸਮਝ ਫੇਰ ਵੀ ਆਉਂਦੀ ਹੈ। ਸੋ ਧੀਆਂ ਦਾ ਸਤਿਕਾਰ ਕਰੋ, ਨਾਲ ਬਜ਼ੁਰਗਾਂ ਨੂੰ ਵੀ ਸਤਿਕਾਰ ਕਰੋ। ਕਹਿੰਦੇ ਉਹ ਘਰ ਸਵਰਗਾਂ ਦੇ ਤੁਲ ਬਣ ਜਾਂਦਾ, ਜਿਹੜੇ ਘਰ ਵਿੱਚ ਰਹਿੰਦਾ ਇਕੱਠਾ ਪਰਿਵਾਰ ਬਾਪੂ ਦਾ। ਨੌਂ ਧੀਆਂ ਆਖੇ ਲੱਗਣ, ਪੋਤਰਾ ਵੀ ਆਖਿਆ ਕਾਰ ਬਾਪੂ ਦਾ। ਕਹਿੰਦੇ ਮੰਦਰ ਮਸੀਤ ਗੁਰਦੁਆਰਾ ਸਭ ਜਾਣਦਾ, ਤਾਂ ਹੀ ਫਾਇਦਾ ਹੈ, ਤੁਸੀਂ ਘਰੇ ਵੀ ਕਰੋ ਸਤਿਕਾਰ ਬਾਪੂ ਦਾ। ਕਹਿੰਦੇ ਉਸ ਘਰ ਵਿੱਚ ਬਰਕਤ ਕਿੱਥੋਂ ਹੋ, ਜਿਹੜੇ ਘਰ ਵਿੱਚ ਰਹਿੰਦਾ ਮੰਜਾ ਬਾਹਰ ਬਾਪੂ ਦਾ, ਜਿਹੜੇ ਘਰ ਵਿੱਚ ਰਹਿੰਦਾ ਮੰਜਾ ਬਾਹਰ ਬਾਪੂ ਦਾ। ਜਦ ਬਾਪੂ ਦਾ ਜ਼ਿਕਰ ਕੀਤਾ, ਨਾਲ ਮਾਂ ਦਾ ਵੀ ਮੈਂ ਲੱਗ ਗਿਆ ਤਕਾਰੀ ਦਿੰਦੀ। ਕਹਿੰਦੇ ਉਹ ਪੁੱਤ ਮੰਜਲਾਂ ਨੂੰ ਪਾ ਲੈਂਦੇ, ਜਿਹਨਾਂ ਨੂੰ ਲੱਗੇ ਮਾਂ ਦੀ ਸੀਸ ਵੇ ਲੋਕੋ, ਕਾਲਯੁਗ ਵਿੱਚ ਪੁੱਤ ਕਪੁੱਤ ਹੋ ਜਾਂਦੇ, ਮਾਂ ਫੇਰ ਵੀ ਨਾ ਦੇਵੇ ਦਸੀਸ ਵੇ ਲੋਕੋ। ਜਦ ਬਚਪਨ 'ਚ ਖੇਡਣ ਗਏ ਤੇ ਸੱਟ ਲੱਗਦੀ ਸੀ, ਫਿਰ ਮਾਂ ਦੇ ਕਲੇਜੇ ਨੇ ਜੋੜਦੀ ਸੀ, ਚੀਸ ਵੇ ਲੋਕੋ। ਇਹ ਦੁਨੀਆਦਾਰੀ ਸਿਰਫ ਪੈਸੇ ਤੱਕ ਸੀਮਤ ਹੈ, ਪਰ ਮਾਂ ਦੇ ਪਿਆਰ ਵਿੱਚ ਅੱਜ ਵੀ ਨਾ ਲੱਗੇ ਫੀਸਵੇ ਲੋਕੋ, ਮਾਂ ਦੇ ਪਿਆਰ ਵਿੱਚ ਅੱਜ ਵੀ ਨਾ ਲੱਗੇ ਫੀਸਵੇ ਲੋਕੋ। ਇੱਕੋ ਤਾੜੀ ਆਪਣੇ ਮਾਂ ਬਾਪ ਲਈ ਛੱਡ ਦਿਓ। ਸੋ ਪਰਖ, ਮੈਂ ਪਰਖ ਸੁਣਾ ਰਹੀ, ਕਮੇਟੀ ਕਾਢੀ ਕਰਨੀ, ਕੰਮ ਦੀ ਗੱਲਾਂ ਯਾਦ ਕਰਦੇ ਰਹੀ। ਕਹਿੰਦੇ ਵਿੱਚ ਬੜੇਪੇ ਲੋੜ ਪੈਂਦੀ, ਜਦ ਪੁੱਤ ਦੇ ਕੰਧਿਆਂ ਦੀ ਇੱਕ ਸਮਾਂ ਇਹੋ ਜਿਹੀ ਚੀਜ਼ ਆ ਭਾਈ, ਪਰਖ ਕਰਾ ਲਏ ਬੰਦੇ ਦੀ। ਜਦ ਮਾਂ ਬਾਪ ਨੂੰ ਘਰ ਵਿੱਚ ਕੱਢ ਕੇ ਹਵੇਲੀ ਪਾਇਆ ਜਾਂਦਾ ਏ, ਫਿਰ ਪੁੱਤ ਪਰਖਿਆ ਜਾਂਦਾ, ਜਦੋਂ ਪੁੱਤ ਵਿਆਹਿਆ ਜਾਂਦਾ ਏ। ਆ ਜੇ ਜਦੋਂ ਗਰੀਬੀ ਭੁੱਲਣਾ ਪੈ ਜੇ ਸ਼ੌਹਰਤ ਨੂੰ, ਸੂਟ ਟਾਕੀਆਂ ਵਾਲੇ ਪਾਉਣੇ ਪੈ ਜਾਣ ਔਰਤ ਨੂੰ, ਉਦੋਂ ਰਿਸ਼ਤੇਦਾਰ ਪਾਸਾ ਵੱਟ ਜਾਂਦੇ ਗਰੀਬੀ ਦੇ, ਫਿਰ ਔਰਤ ਪਰਖੀ ਜਾਂਦੀ ਭਾਈ ਵਿੱਚ ਗਰੀਬੀ ਦੀ, ਫਿਰ ਪਤੀ ਪਰਮੇਸ਼ਰ ਦੀ ਵਾਰੀ ਆ ਜਾਂਦੀ ਕਦੋਂ ਪਰਖਿਆ ਜਾਂਦਾ। ਕਹਿੰਦੇ ਸਿਹਰੇ ਨਾਲ ਵਿਆਹੀ ਨੂੰ ਜਦ ਵੱਜਦੇ ਬੁੱਲਾ ਜੀ, ਆਪ ਬੰਦੇ ਨੂੰ ਕਰਨਾ ਪੈ ਜੇ ਚੌਂਕਾ ਤੇ ਚੁੱਲਾ ਜੀ, ਨਾ ਦੂਜਾ ਵਿਆਹ ਕਰਾ ਸਕੇ ਜਦ ਵੱਜੇ ਸਗੰਜੇ ਤੇ, ਫਿਰ ਪਤੀ ਪਰਮੇਸ਼ਰ ਪਰਖਿਆ ਜਾਂਦਾ ਜਦੋਂ ਜਨਾਨੀ ਪੈਂਦੀ ਮੰਜੇ ਤੇ। ਕਈ ਤਾਂ ਇੱਡੇ ਚਲਾਕ ਹੁੰਦੇ ਆ, ਡਾਕਟਰ ਨੂੰ ਪਾਸੇ ਹੋ ਕੇ ਕਹਿਣਗੇ ਟੀਕਾ ਲਾ 5000 ਲਈ, ਦੂਜਾ ਵਿਆਹ ਕਰਾਉਣ ਲੱਗੇ, ਪਰ ਉਸ ਤੋਂ ਬਾਅਦ ਪੱਕ ਹੁੰਦੀ ਹੈ ਭਰਾ ਦੀ। ਕਹਿੰਦੇ ਘਰ ਵਿੱਚ ਕਹਿੰਦਾ ਬੇਸ਼ਕ ਮਾਰੀਆਂ ਹੋਰ ਵੀਰਾਂ ਨੇ, ਜਦੋਂ ਦੁਸ਼ਮਣ ਲਲਕਾਰ ਜਾਗ ਪੈਂਦੀਆਂ ਜਮੀਰਾਂ ਨੇ, ਕੱਲਾ ਭਾਈ ਦੀ ਕੱਲ ਨੂੰ ਪਿੱਠ ਤੇ ਲੱਗੀਆਂ ਵਾਰਾਂ ਦੇ, ਫਿਰ ਭਾਈ ਭਾਈ ਪਰਖੇ ਜਾਂਦੇ ਚੱਲਦੀਆਂ ਵਿੱਚ ਤਲਵਾਰਾਂ ਦੇ। ਹੁਣ ਪਰਖ ਹੁੰਦੀ ਹੈ 18 ਸਾਲ ਦੀ ਧੀ ਦੀ, ਇੱਕ ਹੋਰ ਧੀ ਆ ਜਿਹੜੇ ਮਾਂ ਬਾਪ ਦਾ ਨਾਂ ਰੋਸ਼ਨ ਕਰਦੀ ਹੈ। ਮੈਂ ਉਹਨਾਂ ਧੀਆਂ ਦੀ ਗੱਲ ਨਹੀਂ ਕਰਦੀ, ਮੈਂ ਉਹ ਧੀ ਦੀ ਗੱਲ ਕਰਦੀ ਹਾਂ। ਕਹਿੰਦੇ ਧੀ ਕਦੇ ਪੁੱਤ ਨਹੀਂ ਬਣ ਸਕਦੀ, ਆਖੇ ਬੇਸ਼ੱਕ ਲੱਖ ਵਾਰੀ, ਵਿੱਚ ਇਸ਼ਕ ਦੇ ਜਾਂਦੀ ਹੈ ਜਦੋਂ ਉਹਦੀ ਮੱਤ ਮਾਰੀ, ਥਾਣੇ ਕਚਹਿਰੀ ਪੱਖ ਪੂਰੇ ਦਿਲ ਵੱਲ ਜਾਂਦੀ ਦੀ। ਫਿਰ ਕਹਿੰਦੇ ਨਾ ਤਾਂ ਮੇਰਾ ਭਰਾ ਕੁਛ ਲੱਗਦਾ, ਨਾ ਚਾਚਾ ਕੁਛ ਲੱਗਦਾ, ਨਾ ਪਿਓ ਕੁਛ ਲੱਗਦਾ, ਆ ਜਿਹੜਾ ਕਾਜ ਹੈ ਸਾਰਾ ਕੁਛ ਤੇਰੇ ਤੇ ਇਹੀ ਲੱਗਦਾ। ਉੱਥੇ ਫਿਰ ਧੀ ਦੀ ਪੱਖ ਹੁੰਦੀ। ਕਹਿੰਦੇ ਥਾਣੇ ਕਚਹਿਰੀ ਪੱਖ ਪੂਰੇ ਜਦ ਦਿਲ ਵੱਲ ਜਾਂਦੀ ਦੀ, ਫਿਰ ਭਾਈ ਧੀ ਪਰਖੀ ਜਾਂਦੀ ਵਿੱਚ ਜਵਾਨੀ ਦੀ, ਫਿਰ ਧੀ ਪਰਖੀ ਜਾਂਦੀ ਵਿੱਚ ਜਵਾਨੀ। ਸੋ ਆਖਣਗੇ ਵੀ ਚਾਚੀ ਨੇ ਤਾਂ ਕੋਈ ਚੁਟਕਲੇ ਨਹੀਂ ਸੁਣਾਇਆ, ਇੱਕ ਦੋ ਚੁਟਕਲੇ ਸੁਣਾਗੇ, ਫਿਰ ਟਾਈਮ ਸੀਮਤ ਹੈ। ਕਹਿੰਦੇ ਕੋਈ ਵੀ ਇਨਸਾਨ ਹੈ ਜੀ, ਇੱਕ ਆਸਰੇ ਨਾਲ ਹੀ ਤੁਰਿਆ ਫਿਰਦਾ, ਇੱਕ ਆਸਰਾ ਹੁੰਦਾ। ਕਹਿੰਦੇ ਕੁੱਤੀ ਦੇ ਦੋ ਕਤੂਰੇ ਹੋਏ ਆ, ਇੱਕ ਨੂੰ ਸਰਦਾਰ ਲੈ ਕੇ, ਇੱਕ ਨੂੰ ਸੇਠ ਲੈ ਕੇ। ਜ਼ਿੰਦਗੀ ਦੇ ਮੋੜ ਤੇ ਮੇਰੇ ਸਰਦਾਰਾਂ ਦਾ ਕੁੱਤਾ, ਜੱਟਾਂ ਦਾ ਕੁੱਤਾ, ਸੇਠਾਂ ਦੇ ਕੁੱਤੇ ਨੂੰ ਪੁੱਛਦਾ ਵੀ ਕੀ ਹਾਲ ਹੈ, ਅੱਗੋ ਸੇਠਾਂ ਦਾ ਕੁੱਤਾ ਕਹਿੰਦਾ ਤੂੰ ਦੱਸ। ਫਿਰ ਜੱਟਾਂ ਦੇ ਕੁੱਤੇ ਨੇ ਹੈਂਕਣ ਨਾਲ ਦੱਸਿਆ, ਕਹਿੰਦਾ ਜੱਟਾਂ ਦੇ ਘਰੇ ਰਹਿੰਦਾ ਦੁੱਧ ਆਮ ਲੱਸੀ ਆਮ, ਜਿੱਦੇ ਕੋਈ ਰਿਸ਼ਤੇਦਾਰ ਆ ਜੇ ਬੱਕਰਾ ਕੁੱਪੜ ਵੱਧਦੇ ਆ, ਹੱਡੀਆਂ ਚੂਸੂ ਨੂੰ ਮਿਲਦੀ ਹੈ, ਦਿਨੇ ਰਸੋਈ ਦਾ ਰਾਤ ਨੂੰ ਰੱਜ ਕੇ ਰਾਖੀ ਕਰਦੀ ਆ। ਹੁਣ ਭਾਈ ਜੱਟਾਂ ਦੇ ਕੁੱਤੇ ਨੇ ਸੇਠਾਂ ਦੇ ਕੁੱਤੇ ਨੂੰ ਪੁੱਛਿਆ ਵੀ ਕੀ ਹਾਲ ਹੈ, ਸੇਠਾਂ ਦੇ ਕੁੱਤੇ ਨੇ ਕੁੱਤਿਆਂ ਦੇ ਨੀਵੀ ਪਾ ਦੀ, ਕਹਿੰਦਾ ਬੰਦਾ ਹੈ ਦੁੱਧ ਕਿਉਂ ਉਹਨਾਂ ਦੇ ਆਪਦੇ ਕਰਮਾਂ 'ਚ ਹੈ ਨਹੀਂ, ਤੇ ਮੈਨੂੰ ਬੋਲੀ ਕਿਹੜੇ ਕੰਜਰ ਨੇ ਪਾਉਣੀ ਹੈ।
ਪਰ ਜੇ ਅਸੀਂ ਕਹਿ ਲਾ ਤੜਕਾ 100 ਗ੍ਰਾਮ ਦੀਆਂ ਰੋਟੀਆਂ ਮੂੰਗੀ ਦੀ ਦਾਲ ਜਦੋਂ ਇੰਨੀ ਗੱਲ ਆਖੀ ਜੱਟਾਂ ਨੇ ਕੁਝ ਖੜੇ ਨੂੰ ਅੱਗ ਲੱਗ ਗਈ ਕਹਿੰਦਾ ਨਾ ਦਾਲ ਚਕਾਲਾ ਮੰਨਣਾ ਮੰਨ ਸੇਠਾਂ ਦਾ ਕੁੱਤਾ ਕਹਿੰਦਾ ਨਹੀਂ ਜੱਟਾਂ ਦਾ ਕੁੱਤਾ ਕੋ ਘੇਰ ਕੇ ਫੜ ਕੇ ਕਹਿੰਦਾ ਜੱਟਾਂ ਵਾਲਾ ਹੈ ਸਿਰ ਦਾ ਰਾਜ ਦੱਸ ਫਿਰ ਸੇਠਾਂ ਨੇ ਕੁੱਤੇ ਨੇ ਸਿਰ ਦਾ ਰਾਜ ਦੱਸਿਆ ਕਹਿੰਦਾ ਜਿਹੜੇ ਕਿ ਮੈਂ ਸੇਠਾਂ ਦੇ ਰਹਿੰਦਾ ਹੈ ਉਹਦੇ ਦੋ ਜਨਾਨ ਨੇ ਜਦੋਂ ਆਸ ਵਿੱਚ ਲੜਦੀ ਹੈ ਉਹ ਕਹਿੰਦੀ ਤੂੰ ਟੱਪੂ ਦੀ ਰੰਗ ਦੂਜੀ ਕਹਿੰਦੀ ਤੂੰ ਟੱਪੂ ਦੀ ਰੰਗ ਕਹਿੰਦਾ ਮੈਂ ਤਾਂ ਇਸੇ ਹੌਸਲੇ ਚ ਤੁਰਿਆ ਫਿਰਦਾ ਹਾਂ ਕਲਾਕਾਰਾਂ ਨੂੰ ਹੁਣ ਸਰੋਤਿਆਂ ਦਾ ਹੌਸਲਾ ਠੀਕ ਹੈ ਜੀ ਹਾਂਜੀ ਓਕੇ ਜੀ ਹਾਂ ਜੀ ਠੀਕ ਹੈ ਜੀ ਹਾਂਜੀ ਇੱਕ ਇਹਨਾਂ ਦੇ ਨਾਂ ਤੇ ਸਾਜੀਆਂ ਦੇ ਨਾਂ ਤੇ ਇੱਕ ਸ਼ੇਰ ਦੇ ਕੇ ਆਪਾਂ ਹਾਂਜੀ ਭੰਗੋ ਸੀ ਗੀਤ ਦਾ ਕਹਿੰਦੇ ਕਵੀ ਦੀ ਰਸੋਈ ਨੂੰ ਮੰਦਾ ਨਾ ਬੋਲੀਏ ਲੈ ਲਈਏ ਤੱਕੜੀ ਪੂਰਾ ਤੋਲੀ ਬਹਿਜਾ ਬਹਿਜਾ ਕਰ ਛੱਡੀਏ ਵਿਚੋਲੇ ਨੂੰ ਜਿੰਨਾ ਚਿਰ ਘਰੇ ਨਾ ਲਿਆਈਏ ਬੋਲੇ ਕਹਿੰਦੇ ਖਾਲੇ ਸੋਹਣੇ ਦੇ ਨਾਲ ਸਜਿੰਦਿਆਂ ਦੇ ਜਦ ਭਾਕੇ ਤਾੜੀਆਂ ਵੱਜਦੀਆਂ ਨੇ ਤਾਂ ਤੇ ਮਾਰੂ ਤਰ੍ਹਾਂ ਦੀ ਪਿਆਸ ਨਹੀਂ ਬੁਝਾ ਸਕਦੀਆਂ ਜਿਨ੍ਹਾਂ ਦੇ ਖਾਲੀ ਬਦਲੀਆਂ ਗੱਜਦੀਆਂ ਨੇ ਸੱਥਾਂ ਦੀ ਰੌਣਕ ਵੱਧ ਬਣਾ ਦਿੰਦੇ ਔਰਤਾਂ ਘਰ ਦੇ ਪਰਦੇ ਗੱਜਦੀਆਂ ਨੇ ਬੁਢਾਪੇ ਵਿੱਚ ਇਸ਼ਕ ਹੁੰਦਾ ਬੰਗਾਰ ਵਰਗਾ ਤੇ ਚੜ੍ਹਦੀ ਉਮਰੇ ਜਾ ਰਹੀਆਂ ਫਬਦੀਆਂ ਨੇ ਤੇ ਚੜ੍ਹਦੀ ਉਮਰੇ ਜਾ ਰਹੀਆਂ ਫਬਦੀਆਂ ਨੇ ਸੋ ਟਾਈਮ ਸੀਮਤ ਜੀ ਓਕੇ ਬਾਈ ਸਾਰਿਆਂ ਦਾ ਧੰਨਵਾਦ ਜੀ ਇੱਕ ਮੇਰੇ ਸ਼ੇਰ ਅੜਕੇ ਜਾਂਦਾ ਸੀ ਇਹਨੂੰ ਸੁਣਾਉਣੇ ਸੁਣਾਉਣਾ ਮੇਰੇ ਕੋਲ ਪਿਆ ਜੀ ਹਾਂ ਕਹਿੰਦੇ ਪੁੱਤ ਪਰਦੇਸਾਂ ਵਿੱਚ ਜਿਹੜੇ ਵੱਸਦੇ ਵਿੱਚ ਵਿਛੋੜੇ ਦੇ ਮਾਵਾਂ ਨੂੰ ਜਦਾਈਆਂ ਮਾਰ ਜਾਂਦੀਆਂ ਚੱਟਾਂ ਨੂੰ ਮਾਰ ਲੈਂਦਾ ਫੀਤਾ ਪਟਵਾਰੀ ਦਾ ਇੱਕ ਤੋਂ ਵੱਧ ਕੜਵਾਈਆਂ ਮਾਰ ਜਾਂਦੀਆਂ ਸਰਕਾਰੀ ਹਸਪਤਾਲਾਂ ਵਿੱਚ ਹੁੰਦੀ ਖੱਜਲ ਤੇ ਖਵਾਰੀ ਫਿਰ ਗਰੀਬਾਂ ਨੂੰ ਮਹਿੰਗੀਆਂ ਦਵਾਈਆਂ ਮਾਰ ਜਾਂਦੀਆਂ ਸਾਈਕਲਾਂ ਤੇ ਯਾਤਰਾ ਕਰਦੇ ਨੇ 100 ਦੇ ਮਹੀਨੇ ਜਿਹੜੇ ਨੇੜੇ ਆ ਕੇ ਮੰਦਰਾਂ ਦੀਆਂ ਚੜ੍ਹਾਈਆਂ ਮਾਰ ਜਾਂਦੀਆਂ ਕਿਸੇ ਨੂੰ ਪਿਆਰ ਪਰਮਾਤਮਾ ਪਹਿਲੇ ਹੱਲੇ ਬਖਸ਼ ਦਿੰਦਾ ਕਈਆਂ ਨੂੰ ਸਾਰੀ ਜ਼ਿੰਦਗੀ ਜੁਦਾਈਆਂ ਮਾਰ ਜਾਂਦੀਆਂ ਤੇ ਮਲਵੀਆਂ ਤੇ ਮਰਾਸੀਆਂ ਦੇ ਹੁੰਦੇ ਦੇਵੀ ਦੇਵਤੇ ਬਾਹਲੇ ਮਹੀਨੇ ਵਿੱਚ 13-14 ਕੜਾਂਗਾ ਮਾਰ ਜਾਂਦੀਆਂ